ਸਾਡੀ ਗੱਡੀ ਤੇਜ਼ ਆ ਮੈਂ ਤਾਂ ਰੇਸ ਨਹੀਂ ਕਰਦਾ ਓਏ ਉਹ ਤੁਹਾਡੀ ਸਭ ਤੋਂ ਪਹਿਲਾਂ ਆਪਣੇ ਆਰ ਡੀ ਬਾਈ ਜੀ ਟੀ ਏ ਵਾਲੇ ਬੱਲੇ ਤੇਰੀ ਡਰਾਈਵਰੀ ਹੋਰ ਆਰ ਡੀ ਕਿੱਦਾਂ ਸੈੱਟ ਗੱਡੀ ਕਿੱਦਾਂ ਚੱਲਦੀ ਤੇਰੀ ਵਧੀਆ ਹੈ ਤੇਲ ਪਾਇਆ ਪੂਰੇ 100 ਰੁਪਏ ਤੇਲ ਪਾਇਆ ਓਕੇ ਓਕੇ ਆਹ ਆਪਣੀ ਖੜੀ ਤੇ ਇੱਧਰ ਹਰਮਨ ਦੀ ਗੱਡੀ ਦੇਖ ਲਓ ਤੁਸੀਂ ਟੈਂਪੂ ਇੰਡੀਆ ਵਾਲਾ ਹੋਰ ਹਰਮਨ ਬਾਈ ਕਿੱਦਾਂ ਵਧੀਆ ਵਧੀਆ ਨੱਚੀ ਜਾਂਦਾ ਹੈ ਸੈੱਟ ਆ ਸੈੱਟ ਆ ਹੋਰ ਕਿੱਥੋਂ ਸੀ ਤੂੰ ਆਪਾਂ ਬਾਈ ਜੀ ਰੋਲ ਲੁਧਿਆਣੇ ਲੁਧਿਆਣੇ ਵਾਲੇ ਆਹੋ ਸਰ ਅਤੇ ਇੱਧਰ ਕਿਹਦੀ ਗੁਰਦੀਪ ਦੀ ਆਹ ਅਮੀਰ ਬੰਦਾ ਲੱਗਦਾ ਗਰੀਸ ਵਾਲਾ ਬਾਈ ਹੈ ਨਾ ਅਤੇ ਨਹੀਂ ਓਕੇ ਅੱਜ ਨਵੇਂ ਨਵੇਂ ਬੰਦੇ ਆ ਕਿਉਂਕਿ ਫੋਰਟਨਾਈਟ ਬੰਦ ਹੋਈ ਪਈ ਆ ਸਰਵਰ ਡਾਊਨ ਆ ਅਤੇ ਤਾਂ ਕਰਕੇ ਬੰਦੇ ਆ ਗਏ ਅੱਜ ਜੀ ਟੀ ਏ 'ਚ ਅਤੇ ਇੱਧਰ ਆਪਣਾ ਲਵ ਬਾਈ ਹੋਰ ਲਵ ਬਾਈ ਕਿੱਦਾਂ ਵਧੀਆ ਵਧੀਆ ਲੈਂਬਰਗਿਨੀ ਚੱਕੀ ਫਿਰਦਾ ਤੂੰ ਹੈ ਹਰੇ ਰੰਗ ਦੀ ਤੁਸੀਂ ਗਰੀਸ ਤੋਂ ਕਿੱਥੋਂ ਜਰਮਨ ਜਰਮਨ ਵਾਲੇ ਓਕੇ 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 ਚਲੋ ਬਾਈ ਪਹਿਲਾਂ ਕੱਪੜੇ ਕੁੱਪੜੇ ਚੇਂਜ ਕਰਾ ਲਏ ਆਈਏ ਪਿਛਲੀ ਵੀਡੀਓ 'ਤੇ ਪਾਈ ਫਿਰਦੇ ਉਹੀ ਅਤੇ ਬਾਅਦ 'ਚੋਂ ਕਰਦੇ ਹਾਂ ਬੱਚੇ ਓਕੇ ਚਲੋ ਅੱਜ ਮੋਟਰਸਾਈਕਲ ਗੈਂਗ ਹੈ ਆਪਣੀ ਆ ਜਾ ਆ ਜਾ ਓਏ ਹੋਰ ਵੀ ਆ ਗਏ ਯਾਰ ਉਹ ਕੀ ਕਰੀ ਜਾਂਦੇ ਆ ਭੱਜੋ ਇੱਥੋਂ ਆ ਗੱਡੀ ਹੋਰ ਆ ਗਈ ਉਹਨਾਂ ਦੀ ਬੈਲੀਆਂ ਦੀ ਅੱਡਾ ਵੀ ਕਰ ਲਓ ਰਾਵ ਤੁਸੀਂ ਐਮਸੀ ਬਣਾਇਆ ਚੱਕ ਦੀ ਚੱਕ ਐਮਸੀ ਕੀ ਕਰਾਂ ਮੈਂ ਐਮਸੀ ਦਾ ਕੀ ਡਿਪੈਂਡ ਕਰੋ ਜਿਹੜਾ ਤੁਸੀਂ ਬਣਾਇਆ ਨਾ ਐਮਸੀ ਆ ਜਾ ਆ ਜਾ ਆ ਜਾ ਯਾਰ ਨਿਕਲੋ ਇੱਥੋਂ ਮਾੜੇ ਖੁੱਲੇ ਜਿਹੇ ਹੋ ਫਿਰ ਤਾਂ ਬਾਹਲਾ ਹੀ ਗੰਦ ਪੈ ਗਿਆ ਬਹਿ ਸਕਦੇ ਇੱਥੇ ਦੋ ਜਣੇ ਸਹੀ ਪਿਛਲੇ ਹੌਲੀ ਹੌਲੀ ਜਾ ਪਿਛਲਿਆਂ ਦੀ ਵੀਡੀਓ ਵੀ ਬਣਾਉਣੀ ਤੇਲ ਲਾਇਆ ਲੱਗਦਾ ਵਾਲਾਂ ਨੂੰ ਹੈ ਨਹੀਂ ਜੈਲ ਲਾਈ ਲੱਗਦੀ ਹੈ ਥੋੜਾ ਸਲੋ ਹੋ ਜਾ ਮੈਂ ਆ ਗਿਆ ਪਿੱਛੇ ਆ ਗਿਆ ਪਿੱਛੇ ਚੀਮੇ ਵਰਗੇ ਕੋਈ ਨਹੀਂ ਕੱਢੋ ਕੱਢੋ ਅੱਜ ਮੋਟਰਸਾਈਕਲਾਂ ਦੀਆਂ ਅੱਗਾਂ ਕੱਢਣੀਆਂ ਓਕੇ ਲੈ ਜਾਓ ਓਕੇ ਲੈ ਜਾਓ ਚਲੋ ਦੇਖਦੇ ਆ ਕੀ ਬੰਦਾ ਜਾਣਾ ਕਿੱਥੇ ਆਪਾਂ ਆਵਾ ਮਿਲਟਰੀ 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 ਆ ਪਿੱਛੇ ਕੌਣ ਬੈਠਾ ਆਣਾ ਆਡੀ ਰੋਕ ਆਡੀ ਰੋਕ ਆ ਜਾ ਰੋਕ ਲੈ ਸ਼ਰਮਾ ਬਾਈ ਬੈਠਾ ਪਿੱਛੇ ਆ ਗਿਆ ਮੈਂ ਵੀ ਗੱਲ ਬਾਈ ਨੇ ਆਣਾ ਤੇ ਆਣਾ ਚੱਲ ਸਹੀ ਆ ਮੈਂ ਤਾਂ ਆਪਣਾ ਦੂਜਾ ਬਾਈ ਵੀ ਆ ਗਿਆ ਸਹੀ ਆ ਅੱਛਾ ਭਜਾ ਲੋ ਚਾਰ ਬੰਦੇ ਲੱਗੇ ਨੇ ਡੈਨ ਵੀ ਚੜਨ ਵਾਲਾ ਆ ਉਹ ਥੱਲੇ ਦੇਖ ਲੋ ਬਾਈ ਧਿਆਨ ਨਾਲ ਉਹ ਬੱਲੇ ਤੇਰੇ ਉਹ ਤੇਰੀ ਨੂੰ ਡਾਉਣਾ ਹੁੰਦਾ ਹੈਗਾ ਆਡੀ ਡਾਉਣਾ ਹੁੰਦਾ ਤੈਨੂੰ ਹੁੰਦਾ ਹੁੰਦਾ ਆਉਂਦਾ ਵੀ ਦੂਜੀ ਵੀ ਬਣਾਉਂਦਾ ਓਕੇ ਓਕੇ ਸਹੀ ਹੈ ਸਹੀ ਹੈ ਬਸ ਦਿਨ ਚੜ ਪਿਆ ਹੁਣ ਆਪਾਂ ਜਾਣਾ ਆਪਾਂ ਮਿਲਟਰੀ ਬੇਸ ਬੇਸ ਜਾਣਾ ਮਿਲਟਰੀ ਆ ਫੌਜੀਆਂ ਕੋਲ ਜਾਣਾ ਓਕੇ ਠੀਕ ਆ ਫਸਟ ਪਰਸਨ ਕਰ ਲਓ ਲਾਸਟ ਪਰਸਨ ਚ ਦੇਖਦੇ ਪਏ ਆ ਰੇਸਾਂ ਕਿੱਥੇ ਚੜ੍ਹਦੀ ਸੂਚੇ ਗਾਣੇ ਸੁਣੀ ਜਾਂਦੇ ਇਹਨੇ ਹੈੱਡਫੋਨ ਲਾਏ ਨਹੀਂ ਉਹਨੇ ਹੈੱਡਸੈਟ ਜੀ ਹਾਂ ਕਿੰਨੇ ਨੇ ਹੈੱਡਫੋਨ ਲਾਏ ਆ ਦੂਜੇ ਨੇ ਨਾਲ ਕੌਣ ਬੈਠਾ ਇੱਕ ਸ਼ਰਮਾ ਦੂਜਾ ਕੌਣ ਓਏ ਉਹਨੇ ਹੁਣੇ ਲਾਇਆ ਸੀ ਹੁਣੇ ਹਟਿਆ ਉਹਦਾ ਹੈੱਡਫੋਨ ਪਹਿਲਾਂ ਤਾਂ ਲੱਗਾ ਉਹਦੇ ਵੀ ਹਟ ਗਏ ਸੀ ਸ਼ਰਮੇ ਦੇ ਵੀ ਹਟ ਗਏ ਹੁਣ ਇਹ ਉਹਨਾਂ ਬਾਈ ਨੇ ਗਾਣੇ ਨਾ ਸੁਣਨੇ ਹਾਂ ਸਹੀ ਹੈ ਸਹੀ ਹੈ ਗਾਣੇ ਲਾਇਓ ਤੇ ਬਾਕੀ ਥੱਲੇ ਸਮੁੰਦਰ ਤੇ ਚਲੋ ਦੇਖ ਰਹੇ ਹਾਂ ਕੀ ਬਣਦਾ ਬਾਕੀ ਗਾਣੇ ਲਈ ਕਿਹੜੇ ਸੋਨੇ ਚਮਕੀਲੇ ਦੇ ਸੋਨੇ ਆ ਤੇ ਮੈਂ ਸੂਜਾ ਲਾਈਏ ਆ ਗੋਰੀਆਂ ਦਾ ਚਮਕੀਲਾ ਲਾਇਆ ਬੱਲੇ ਤੇਰੇ ਆ ਬਕਵਾਸ ਮਾਰ ਲਗਾ ਕਾਲ ਨਹੀਂ ਐਸੇ ਗਾਣਾ ਲੈਣ ਗਾਣੇ ਬੰਦ ਕਰ ਦੋ ਹੁਣ ਇੱਥੇ ਓਏ ਓਏ ਜਾ ਜਾ ਨਾ ਪਲਟਾ ਸਹੀ ਲੈਂਡਿੰਗ ਕਰੀ ਇੱਥੇ ਹਣ ਓਕੇ ਚਲੋ ਬਾਈ ਤਾਰਤਾ ਮਗਾਨੇ ਏਅਰਪੋਰਟ ਚ ਤਾਰਤਾ ਦੇਖਦੇ ਆ ਪੁਲਿਸ ਕੋਲ ਨਹੀਂ ਪਈ ਪੁਲਿਸ ਕਿੱਦਾਂ ਉਤਰ ਦਿੰਦੇ ਜਹਾਜ ਮੇਰੇ ਤਾਂ ਪੈ ਗਈ ਕਿਹਦੇ ਪੈ ਗਈ ਨਹੀਂ ਪਈ ਸਾਡੇ ਨਹੀਂ ਪਈ ਉਤਰ ਜਾ ਉਤਰ ਜਾ ਆ ਜਾ ਆ ਜਾ ਹੁਣ ਪਈ ਗਈ ਹੁਣ ਪਈ ਗਈ ਧੁੰਦ ਪਈ ਪਈ ਆ ਮੇਰੇ ਨਹੀਂ ਪਈ ਹਜੇ
ਇਸ ਦਾ ਮਤਲਬ ਮੇਰੇ ਕੋਲ ਹੈਗਾ ਮੇਰੇ ਵੀ ਨਹੀਂ ਭਈਆ ਨਹੀਂ ਹਲ ਤੱਕ ਤਾਂ ਵਧੀਆ ਵਧੀਆ ਸਾਰੇ ਘੁੰਮਨੇ ਆਪਾਂ ਆ ਕੀ ਤੇ ਪੈ ਗਈ ਤੇ ਆ ਕੇ ਅਸੀਂ ਗੰਦੇ ਬੰਦੇ ਨਹੀਂ ਆ ਚੰਗੇ ਬੰਦੇ ਆ ਹਾਂ ਪਿੰਡ ਪਈ ਪਈ ਏਅਰਪੋਰਟ ਤੇ ਉਹ ਤੁਹਾਡੀ ਨੂੰ ਟੈਂਕ ਫੜ ਲੈ ਆਪਾਂ ਗੋਲੀਆਂ ਮਾਰਨੀ ਬੰਬ ਨਹੀਂ ਮਾਰਨੇ ਆਪਾਂ ਏਅਰਫੀਲਡ ਦੇ ਤਾਂ ਵੀ ਹੈਗਾ ਲੈ ਚਲੋ ਸਾਨੂੰ ਆਹ ਕੌਣ ਆਇਆ ਪੈਰਾਸ਼ੂਟ ਤੇ ਗੁੱਜਰ ਆ ਮੈਂ ਆਇਆ ਜੁਜਾ ਸਿੰਘ ਬਈ ਤੁਹਾਡਾ ਹੈਗਾ ਇਥੇ ਆਪਣਾ ਕਿਹਦਾ ਹੈਗਾ ਏਅਰਫੀਲਡ ਆਰਮੀ ਵਾਲਿਆਂ ਨੇ ਲਾਓ ਲਾਓ ਏਅਰਫੀਲਡ ਕਿਹਦਾ ਹੈਗਾ ਇਥੇ ਵੀਰੇ ਸਾਰੇ ਏਅਰਪੋਰਟ ਤੇ ਆ ਏਅਰਫੀਲਡ ਪਤਾ ਨਹੀਂ ਕਿਹਦਾ ਹੈਗਾ ਯਾਰ ਬਥੇਰੇ ਜਹਾਜ਼ ਕਿਹਦੇ ਕੋਲੇ ਇਹ ਬਰਾਡ ਬਈ ਨੇ ਲੈਣੇ ਇੱਕ ਜਹਾਜ਼ ਖੜਾ ਗਿਆ ਮੈਂ ਮਰ ਗਿਆ ਬਸ ਮੈਂ ਮਰ ਗਿਆ ਉਹ ਸਾਰੇ ਜਣੇ ਚੱਕ ਲੂ ਲੜਾਕੂ ਜਾ ਸਾਰਿਆਂ ਨੂੰ ਮਿਲ ਜਾਣਗੇ ਪੰਜ ਇੱਥੇ ਲੜਾਕੂ ਜਾ ਸਾਰਿਆਂ ਦੇ ਉਹ ਉੱਤੇ ਆਪ ਤਾਂ ਪਰ ਇੱਧਰ ਖੜਾ ਆ ਨਹੀਂ ਮੇਰੇ ਲਾਓ ਤੇ ਇੱਕ ਖੜਾ ਨਹੀਂ ਮੈਂ ਕੋ ਹੈਗਾ ਕਹਾਂ ਸਾਰੇ ਜਣੇ ਇੱਕ ਇੱਕ ਚੱਕ ਲੋ ਫਿਰ ਡਾਵਾਂਗੇ ਆਪਾਂ ਉਹ ਪੈ ਗਈ ਪੁਲਿਸ ਨਿਕਲਣ ਦੀ ਕਰੋ ਯਾਰ ਏਅਰਪੋਰਟ ਤੋਂ ਨਿਕਲਣ ਦੀ ਕਰੋ ਹੁਣ ਬਾਈ ਜਾ ਚੱਕ ਕੇ ਭੱਜਣ ਦੀ ਕਰੋ ਮੈਂ ਜਾ ਚੱਕਣ ਲੱਗਾ ਤੇ ਭੱਜ ਜਾਣਾ ਇੱਥੋਂ ਆਪਾਂ ਸਵੇਰ ਦੇ 2 ਵਜ ਗਏ ਨਹੀਂ 4 ਵਜ ਗਏ ਨਾਣਾ ਗਿਲ ਬਾਈ ਉਹ ਭੱਜ ਜਾ ਇੱਥੋਂ ਜਿਹਦੇ ਕੋਲ ਹੈਗਾ ਨਾ ਜਾ ਜੀ ਭੱਜ ਜਾ ਸ਼ਹਿਰ ਵਾਲੇ ਏਅਰਪੋਰਟ ਤੇ ਜਹਾਜ਼ ਲੈ ਕੇ ਜਾਣਾ ਵਾਲਾ ਬੱਲੇ ਏਅਰਫੀਲਡ ਕਿਦਾਂ ਹੈਗਾ ਚਲੋ ਆਹ ਲੜਾਕੂ ਜਹਾਜ਼ ਬਾਈ ਦੇਖੋ ਵਿੱਚੋਂ ਕਿਹੋ ਜਿਹਾ ਹੁੰਦਾ ਤੇ ਆ ਜਾਓ ਫਿਰ ਮੈਂ ਚੱਲਿਆ ਬਹੁਤ ਉੱਚੀ ਜਾਣਾ ਪੈਣਾ ਮੈਨੂੰ ਚੱਲ ਯਾਰ ਤੁਸੀਂ ਚਲੋ ਸ਼ਹਿਰ ਵਾਲੇ ਮੈਂ ਇੰਡੀਆ ਜਾ ਕੇ ਗੇੜੀ ਮਾਰ ਕੇ ਆਉਣਾ ਇੰਡੀਆ ਚੱਲਾ ਮੈਂ ਯਾਰ ਜਾਣਾ ਚਾਹੀਦਾ ਸੀ ਉਦਾਂ ਵੇਖ ਕਿੰਨਾ ਅੱਤ ਲੱਗਦਾ ਉੱਪਰ ਮੌਸਮ ਉੱਪਰ ਚੱਕਦਾ ਪੂਰਾ ਉੱਪਰ ਆ ਜਾ ਆਸਮਾਨ ਤੇ ਹੌਲੀ ਹੌਲੀ ਜਾਂਦੇ ਨਾਲ ਫਿਰ ਦੇਖੀ ਵਧੀਆ ਲੱਗਦਾ ਉੱਤਰ ਲੱਗਿਆ ਬਈ ਜਹਾਜ਼ ਧੁੰਦ ਪਈ ਪਈ ਆ ਇਹ ਲੱਗਦਾ ਦਿੱਲੀ ਵਾਲਾ ਏਅਰਪੋਰਟ ਲੱਗਦਾ ਪੋਲੂਸ਼ਨ ਹੀ ਪੋਲੂਸ਼ਨ ਫਿਰਦਾ ਅੱਗੇ ਮੈਂ ਆ ਵਿੱਚ ਨਾ ਮਾਰੀ ਆਲਰੇਡੀ ਅਸਲੀ ਹੁੰਦੇ ਆ ਬਾਰਡਰ ਫਿਲਮ ਦੇਖੋ ਬਈ ਪੂਰਾ ਸਿਰਾ ਕੰਮ ਲੱਗਦਾ ਜਹਾਜ਼ ਦੇ ਟਾਇਰ ਕਿੱਦਾਂ ਅੰਦਰ ਗੱਡੀ ਦੇ ਧੁੰਦ ਦੀ ਧੁੰਦ ਪਈ ਪਈ L3 L3 ਉਹ ਥੋੜੇ ਸੀ ਤੇ ਤੁਹਾਨੂੰ ਦਿਖਾਉਣੇ ਇਹਨਾਂ ਦੇ ਜਹਾਜ਼ ਕਿੰਨੀ ਕੁ ਉੱਪਰ ਫਿਰਦੇ ਤੁਸੀਂ ਧੁੰਦ ਪਈ ਪਈ ਆ ਬੰਨ ਕੇ ਸਮੁੰਦਰ 'ਚ ਨਾ ਸੈੱਟ ਲਿਓ ਉੱਪਰ ਪਹੁੰਚਿਆ ਆ ਮੈਂ ਬਸ ਆ ਫੇਰ ਤਰਨ ਲੱਗਿਆ ਥੱਲੇ ਲੈਂਡਿੰਗ ਕਰਨ ਆਡੀ ਝੰਡਾ ਲੈ ਕੇ ਖੜਾ ਕੇ ਹਲੋ ਉਹ ਝੰਡਾ ਲੈ ਕੇ ਖੜਾ ਕੁਝ ਨਹੀਂ ਦੇਖਦਾ ਧੁੰਦ ਬਹੁਤ ਆ ਬੁੱਧੀ ਪਾ ਕੇ ਲੈ ਗਏ ਆਪਣਾ ਹੈਂਗਰ ਝੰਡਾ ਲੈ ਕੇ ਖੜਾ ਸਹੀ ਹੋ ਜਾਊਗਾ ਦੁਪਹਿਰੇ ਦੇ ਕਰਦੇ ਆ ਮਿਸ਼ਨ ਜਿਆ ਜਿਹੜਾ ਕਰਨਾ ਹੁਣ ਸਹੀ ਹੈ ਉੱਤਰ ਗਿਆ ਦੂਜੀ ਵਾਰੀ ਲੈਂਡਿੰਗ ਹੋ ਗਈ ਵਧੀਆ ਉਹ ਮੈਂ ਤਾਂ ਲੈ ਹੀ ਗਿਆ ਮੈਂ ਕਿਹਾ ਉਹ ਲੋ ਸੈਂਟਰ ਸੇ ਏਅਰਪੋਰਟ ਦੇ ਉੱਤਰਦੇ ਆ ਜਿਹੜਾ ਹੱਥ ਮੀਲ ਗਿਆ ਅੱਗੇ ਨੂੰ ਕਰ ਲਓ ਅੱਗੇ ਨੂੰ ਸਹੀ ਆ
ਆਰਡੀ ਆ ਜਾਏਗਾ ਅੱਜ ਤੇ ਨਹੀਂ ਹਰਮਨ ਹਰਮਨ ਸੁਖਵਿੰਦਰ ਨਹੀਂ ਹਾਰ ਰਿਹਾ ਲੋਡਿੰਗ ਹੁੰਦਾ ਤੇ ਦੂਜਾ ਆਪਣਾ ਆ ਜਾਊਗਾ ਅੱਜ ਹਰਮਨ ਹਾਂਜੀ ਹਾਂਜੀ ਚਲੋ ਪਹਿਲਾਂ ਆਪਾਂ ਡਾ ਕੇ ਦੇਨੇ 1 2 3 ਤੇ ਪਹਿਲਾਂ ਅਸੀਂ ਦੋਵਾਂ ਨੇ ਤੋਰਨ ਅਗਲੇ ਆਣੇ ਤੇ ਬਾਅਦ ਚ ਤੁਸੀਂ ਪਿੱਛੇ ਓਕੇ ਓਕੇ ਟਰਾਈ ਕਰਕੇ ਦੇਨੇ ਆ ਯਾਰ ਲੈਂਡ ਕਰਾ ਲਿਓ 1 2 3 ਵਾਪਸ ਲੈਂਡ ਕਰਾ ਲਿਓ ਹਾਂ ਵਾਪਸ ਲੈਂਡ ਕਰ ਗਿਆ ਯਾਰ ਮੈਂ ਆ ਗਿਆ ਮੈਂ ਪੈਟਲ ਲਿਆ ਬਾਹਰ ਯਾਰ ਚਾ ਕੋਈ ਨਹੀਂ ਕੋਈ ਜਾਣ ਚਲੋ ਚਲੋ ਆ ਜਾਓ ਪਿਛਲੇ ਵੀ ਆ ਜਾਓ ਵਿੱਚ ਹੀ ਰਹਿ ਜਾਓ ਇੱਕ ਟਰਾਈ ਕਰਕੇ ਦੇਖਦੇ ਸੀ ਕਿਹੋ ਜਿਹਾ ਲੱਗਦਾ ਸੀ ਬੰਬ ਨਾ ਚਲਾ ਦਿਓ ਹਾਂ ਸਹੀ ਆ ਹੁਣ ਬਸ ਲੈਂਡਿੰਗ ਕਰ ਲਿਓ ਓਕੇ ਹੁਣ ਮੌਸਮ ਵੀ ਸਾਫ ਹੋ ਗਿਆ ਚਲੋ ਫਿਰ ਆਪਾਂ ਟਰਾਈ ਕਰਦੇ ਹਾਂ 2 ਮਿੰਟ ਰੱਖ ਲੈ ਭਾਈ 2 ਮਿੰਟ ਸੈੱਟ ਕਰ ਲੈਂਦੇ ਕੋਈ ਨਹੀਂ ਹੁਣ ਭੱਜੋ ਉਹ ਭਾਈ 1 2 ਬੜਾ ਵੀ ਆਇਆ ਦਾਵਾ ਆ ਹਾਈ ਤੇਰਾ ਦਾ ਭੱਜਦਾ ਨਹੀਂ ਟੈਰਾਂ ਤੋਂ ਬਿਨਾ ਹੀ ਹੈ ਤੇ ਨਹੀਂ ਆ ਵੀ ਵੀ ਕਰਾ ਆ ਉਹ ਕਿਹੜਾ ਕਰਾ ਦਾ ਸੀ ਉਹ ਮੋਰ ਆ ਗਿਆ ਤੇ ਮੋਰ ਆ ਗਿਆ ਉਹ ਆ ਵੀ ਦਾ ਪਟ ਗਿਆ ਦਾ ਆ ਕੀ ਹੋ ਗਿਆ ਸੱਲਾ ਮਾਰ ਗਿਆ ਨਾ ਐਂਡ ਤੱਕ ਰੋਡ ਤੇ ਰੱਖਣਾ ਇਹਨੂੰ ਨਹੀਂ ਉਹ ਤੇਰੇ ਵਾਲਾ ਭੱਜਦਾ ਹੀ ਨਹੀਂ ਸੀਗਾ ਮੈਂ ਰਨਵੇ ਤੇ ਜਾ ਰਿਹਾ ਸੀ ਪਿੱਛੇ ਵੀ ਆ ਗਿਆ ਤੇ ਉਹਨਾਂ ਦੇ ਵਿੱਚ ਮਾਰਿਆ ਉਹ ਲਾਈਨ ਜੱਕ ਤੋਂ ਵਿੱਚ ਤਾਰ ਲਾ ਗੁਰਦੀਪ ਭਾਈ ਓਏ ਉਹ ਕਰੋਗੇ ਹੁਣ ਉਹ ਬਾਜ ਗਏ ਬਾਜ ਗਏ ਸਾਰੇ ਕਲੋ ਲਾ ਰਹਿ ਗਏ ਉਹ ਮਿਲਟਰੀ ਵਾਲੇ ਜਹਾਜ਼ ਹੀ ਸਹੀ ਆ ਹਾਈਡਰਨ ਨਾਲ ਤੁਸੀਂ ਆ ਮੈਂ ਵੀ ਆ ਲੈ ਆਇਆ ਲੜਾਕੂ ਜਹਾਜ਼ ਭਾਈ ਮੈਂ ਇਹਦੇ ਨਾਲ ਰੇਸਾਂ ਲਾਉਂਗਾ ਓਕੇ ਚਲੋ ਰੁਕਾ ਮੈਂ ਆਪਣੇ 1 2 3 ਤੇ ਭਜਾ ਲਿਆ 1 2 3 ਕਰੋ 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 ਮੈਂ ਆ ਗਿਆ ਉਹ ਲੈ ਯਾਰ ਅੱਗੇ ਕੌਣ ਆ ਗਈ ਸੀ ਡਿੱਗੀ ਦੀ ਸੀ ਅਭੀ 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 ਤੋੜ ਲਾ ਜਾ ਉਹ ਥੱਲੇ ਨੂੰ ਰੱਖਣਾ ਸੀ ਸੁਖਵਿੰਦਰ ਇਹਨੂੰ ਇਹਦੇ ਪਿੱਛੇ ਚਾੜਨਾ ਸੀ ਅੱਛਾ ਥੱਲੇ ਨੂੰ ਰੱਖ ਥੱਲੇ ਨੂੰ ਰੱਖੀ ਡਿੱਗ ਰੁਕੀ ਮੇਰਾ ਕਿਹੜਾ ਯਾਰ ਉਹ ਲਾਸ਼ ਚੱਕੋ ਬੰਦੇ ਦੀ ਲਾਸ਼ 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 ਵਿਚਾਰੇ ਜਹਾਜ਼ ਦਾ ਫਰੀ ਲਾਸ਼ ਦਾ ਖੜੇ ਜਿਹੜਾ ਯਾਰ ਆ ਗੰਦ ਗਲਤ ਗੱਲ ਆ ਯਾਰ ਆਇਆ ਨਹੀਂ ਕਰੀ ਤੂੰ ਧਿਆਨ ਨਾਲ ਠੀਕ ਕਿਹਨੇ ਕੀਤਾ ਬੋਲ ਲਿਆ ਆਰਡੀ ਗੱਲ ਬਈ ਕੀਤਾ ਕਿਹਨੇ ਸੀ ਆਰਡੀ ਸਾਡੀ ਗੱਡੀ ਤੇਜ਼ ਆ ਮੈਂ ਤਾਂ ਰੇਸ ਨਹੀਂ ਕਰਦਾ ਉਹ ਤੁਹਾਡੀ ਉਹ ਟੁੱਟੇ ਨਹੀਂ ਟਾਇਰ ਤੂੰ ਹਾਏ ਹਾਏ ਫ੍ਰੀ ਰੈਡੀ ਮੁੰਡਿਓ ਕੋਈ 1 2 3 ਟਰਨ ਵੀ ਕਰਨੀ ਤੇ ਰਿਪੇਅਰ ਕਰਾ ਕੇ ਆਉਂਦੇ ਉੜਦਾ ਬਹੁਤਾ ਟੈਂਪੂ ਜਾ ਡਬਲ ਕਲਾਸ ਕਰਕੇ ਰੇਸ ਹੀ ਫੜੀ ਰੱਖਦਾ ਚਲੋ ਬਈ ਅੱਜ ਦੀਆਂ ਰੇਸਾਂ ਦਾ ਵਿਨਰ ਰਿਹਾ ਉਹ ਮੁੰਡਾ ਲੁਧਿਆਣੇ ਵਾਲਾ ਜਿੱਤ ਗਿਆ ਜਿੱਤ ਗਿਆ ਹਾਂ ਸਿਰਾ ਸਿਰਾ ਕਰਾਤਾ ਲਾਡੀ ਬੰਬ 1 2 3 ਐਂਡੀ ਵੀਡੀ ਨਹੀਂ ਕੀਤੀ ਕਿਸੇ ਨੇ ਵੇਟ ਨਹੀਂ ਹੁੰਦੀ ਰੇਸਾਂ ਦੇ ਸਿੱਧਾ ਹੀ ਸ਼ੂਟ ਹੋ ਜਾਂਦਾ ਉਹ ਜਾਂਦਾ ਫਿਰ ਟੈਂਪੂ ਥੋੜੀ ਟੈਂਪੂ ਨੇ ਸਾਰੇ ਫੇਲ ਕਰਤੇ ਟੈਂਪੂ ਨੇ ਫੇਲ ਕਰਤੇ ਸਾਰੇ ਚਲੋ ਭਾਈ ਅੱਜ ਵਾਲੀ ਵੀਡੀਓ 'ਚ ਟੈਂਪੂ ਦੇਖੇ ਜਹਾਜ਼ ਦੇਖੇ ਬਹੁਤ ਕੁਛ ਦੇਖ ਲਿਆ ਤੁਸੀਂ ਅਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹਨੇ ਟੈਂਪੂ ਚਲਾਉਣਾ ਸਿੱਖਣਾ ਕਰੇ ਕੰਟੈਕਟ ਇਹਦੇ ਨਾਲ ਸੁਖਵਿੰਦਰ ਗਿੱਲ ਨਾਲ ਅਤੇ ਲੁਧਿਆਣੇ ਵਾਲੇ ਦੱਸਣਗੇ ਤੁਹਾਨੂੰ ਕਿੱਦਾਂ ਸਪੀਡਾਂ ਖਿੱਚਣੀਆਂ ਅਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਓਕੇ ਭਾਈ ਸਾਰਿਆਂ ਨੂੰ ਖੁਸ਼ ਰੱਖੋ
ਤੇ ਖੁਸ਼ ਰਹੋ। ਕਿੱਧਰ ਗਏ ਕਿੱਧਰ ਗਏ ਕਿੱਧਰ ਗਏ? ਸਹੀ ਹੈ।